ਮਜ਼ਦੂਰਾਂ ਦੀਆਂ ਵੱਖ ਵੱਖ 18 ਮੰਗਾਂ ਨੂੰ ਲੈ ਕੇ ਭਾਰਤੀ ਮਜ਼ਦੂਰ ਸੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ DC ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਸਰਕਾਰ ਨੂੰ 18 ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ ਹੈ। ਅਬ ਹਮਾਰੇ ਤੋਂ ਮੁੱਖ ਮੁੱਦੇ ਹੈ FDI ਪੇ ਰੋਕ ਲਗਾਈ ਜਾਏ, ਵੇਤਨ ਸਹਿਤਾ 2019 ਕੋ ਜਲਦੀ ਜਲਦੀ ਲਾਗੂ ਕੀਆ ਜਾਏ, ਇਨਕਮ ਟੈਕਸ ਮੇਂ ਛੂਟ 5 ਲੱਖ ਸੇ ਬੜਾ ਕੇ 8 ਲੱਖ ਕੀ ਜਾਏ, ਔਰ ਠੇਕੇਦਾਰੀ ਪ੍ਰਥਾ ਬੰਦ ਕਰਕੇ ਸਭੀ ਕੋ ਸਰਕਾਰੀ ਕਰਮਚਾਰੀ ਘੋਸ਼ਿਤ ਕੀਆ ਜਾਏ। ਗ੍ਰਾਮੀਣ ਸੇਵਾ ਔਰ ਬਿਜਲੀ ਬੋਰਡ ਮੇਂ ਜੋ ਪ੍ਰਾਈਵੇਟ ਕੰਮ ਚੱਲ ਰਿਹਾ ਹੈ ਔਰ ਰੇਲਵੇ ਮੇਂ ਉਸਕੋ ਬੰਦ ਕਰਕੇ ਉਸਕੋ ਸਭੀ ਕੋ ਸਰਕਾਰੀ ਜੈਸੇ ਚੱਲ ਰਿਹਾ ਹੈ ਐਸੇ ਕਿਸੇ ਚਲਤਾ ਰਹਿਣਾ ਚਾਹੀਏ।